ਪ੍ਰੈਸੀਡੈਂਟ ਕਰਾਂਗੇ ਔਰ ਪ੍ਰਾਰਥਨਾ ਦੇ ਵਿੱਚ ਆਵਾਂਗੇ ਔਰ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ ਅੱਜ ਦੇ ਸਮੇਂ ਵਾਸਤੇ ਜੋ ਬੇਟੀਆਂ ਦੀ ਔਰ ਬੇਟਿਆਂ ਦੀ ਸ਼ਾਦੀ ਹੋਣ ਵਾਸਤੇ ਜਾ ਰਹੀ ਆ ਪਰਮੇਸ਼ਵਰ ਬਹੁਤ ਸਾਰੀ ਇਹਨਾਂ ਬੇਟੀਆਂ ਨੂੰ ਇਹਨਾਂ ਪਰਿਵਾਰਾਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਆਈ ਅਸੀਂ ਪ੍ਰਾਰਥਨਾ ਦੇ ਵਿੱਚ ਆਵਾਂਗੇ ਔਰ ਸਾਡੇ ਵਿੱਚ ਸਾਡੇ ਅਨਵਾਈ ਸਾਮਣ ਪਾਜੀ ਸਾਹਿਬ ਜੀ ਵੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਪ੍ਰਾਰਥਨਾ ਕਰਾਂਗੇ ਸਾਰੇ ਹੀ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਸਿਰਾਂ ਨੂੰ ਝੁਕਾਵਾਂਗੇ ਪ੍ਰਾਰਥਨਾ ਵਿੱਚ ਜਾਵਾਂਗੇ ਪਵਿੱਤਰ 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 ਅਤੇ ਪਵਿੱਤਰ ਪਰਮੇਸ਼ਵਰ ਜੀ ਤੁਹਾਡੇ ਦਿਲ ਤੋਂ ਧੰਨਵਾਦੀ ਹਾਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਸਵਰਗੀ ਪਿਤਾ ਜੀ ਅੱਜ ਦੇ ਸੁੰਦਰ ਔਰ ਸੁਨਹਿਰੀ ਸਮੇਂ ਦੇ ਵਾਸਤੇ ਜਿਹੜਾ ਸਮਾਂ ਤੁਸੀਂ ਸਾਡੇ ਜੀਵਨ ਦੇ ਵਿੱਚ ਦਿੱਤਾ ਪ੍ਰਭੂ ਜੀ ਇਹ ਖੁਸ਼ੀਆਂ ਭਰਿਆ ਮੌਕਾ ਆਪਣੀ ਆਰਾਧਨਾ ਕਰਨ ਦਾ ਮੌਕਾ ਪ੍ਰਭੂ ਜੀ ਤੁਸੀਂ ਸਾਡੇ ਜੀਵਨ 'ਚ ਦਿੱਤਾ ਅਸੀਂ ਤੁਹਾਡੇ ਦਿਲ ਤੋਂ ਧੰਨਵਾਦੀ ਹਾਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਸਵਰਗੀ ਪਿਤਾ ਜੀ ਦੁਆ ਕਰਨਾ ਚਾਹੁੰਦੇ ਹਾਂ ਪ੍ਰਭੂ ਜੀ ਅੱਜ ਜਦੋਂ ਪ੍ਰਭੂ ਜੀ ਇਸ ਜਗ੍ਹਾ 'ਤੇ ਪ੍ਰਭੂ ਬਹੁਤ ਹੀ ਖੁਸ਼ੀ ਦਾ ਮੌਕਾ ਪ੍ਰਭੂ ਜੀ ਅਲੱਗ ਅਲੱਗ ਜਗ੍ਹਾ ਤੋਂ ਆਏ ਹੋਏ ਪ੍ਰਭੂ ਜੀ ਸ਼ਾਹ ਭੈਣ ਭਰਾਵਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਦਿੰਦੇ ਹਾਂ ਪ੍ਰਭੂ ਜੀ ਤੁਸੀਂ ਸਹੀ ਸਲਾਮਤ ਹਰ ਇੱਕ ਜਨੇ ਨੂੰ ਪ੍ਰਭੂ ਜੀ ਆਪਣੀ ਪਵਿੱਤਰ ਹਜ਼ੂਰੀ ਵਿੱਚ ਲੈ ਕੇ ਆਏ ਇਸ ਖੁਸ਼ੀ ਦੇ ਪੰਡਾਲ ਦੇ ਵਿੱਚ ਲੈ ਕੇ ਆਏ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਸਵਰਗੀ ਪਿਤਾ ਜਦੋਂ ਕੁਝ ਪਰਿਵਾਰ ਪ੍ਰਭੂ ਜੀ ਇੱਕ ਹੋਣ ਵਾਸਤੇ ਜਾ ਰਹੇ ਨੇ ਪ੍ਰਭੂ ਜੀ ਅਸੀਂ ਦੁਆ ਕਰਦੇ ਪ੍ਰਭੂ ਜੀ ਤੁਹਾਡੀ ਦਿਆ ਉਹਨਾਂ ਦੇ ਉੱਤੇ ਹੋਵੇ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਉਹਨਾਂ ਦੇ ਉੱਤੇ ਹੋਵੇ ਉਹਨਾਂ ਨੂੰ ਆਪਣੇ ਪਿਆਰ ਆਪਣੀ ਮੁਹੱਬਤ ਵਿੱਚ ਬਣਾਉਣਾ ਮੇਰੇ ਸਵਰਗੀ ਪਿਤਾ ਲਗਾਤਾਰ ਉਹਨਾਂ ਦਾ ਰਿਸ਼ਤਾ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਵਾਧਾ ਜਾਵੇ ਪ੍ਰਭੂ ਜੀ ਤੇ ਦੁਆ ਕਰਦੇ ਹਾਂ ਜਿਨ੍ਹਾਂ ਨੇ ਪ੍ਰਭੂ ਜੀ ਇਸ ਪੂਰੇ ਵਿਆਹ ਦਾ ਇੰਤਜ਼ਾਮ ਕੀਤਾ ਪ੍ਰਭੂ ਜੀ ਅਸੀਂ ਉਹਨਾਂ ਨੂੰ ਵੀ ਤੁਹਾਡੇ ਹੱਥਾਂ ਦੇ ਵਿੱਚ ਦਿੰਦੇ ਹਾਂ ਮੇਰੇ ਸਵਰਗੀ ਪਿਤਾ ਉਹਨਾਂ ਦੇ ਨਾਲ ਵੀ ਤੁਹਾਡੀ ਵੱਡੀ ਦਿਆ ਵੱਡੀ ਕਿਰਪਾ ਵੱਡਾ ਫਜ਼ਲ ਹੋਵੇ ਪ੍ਰਭੂ ਜੀ ਲਗਾਤਾਰ ਪ੍ਰਭੂ ਇਸੇ ਪ੍ਰਕਾਰ ਪ੍ਰਭੂ ਜੀ ਲੋਕਾਂ ਦੀ ਮਦਦ ਕਰਨ ਪ੍ਰਭੂ ਜੀ ਤੇ ਤੁਹਾਡੇ ਨਾਮ ਨੂੰ ਉੱਚਾ ਕਰ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਸਾਡੀ ਦੁਆ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ सारे माधव धाम गरे मेरे माधव पगरे सारे माधव धाम गरे मेरे माधव पगरे सारे माधव ਨਾਚ ਨਾਚ ਮਾਸ ਖਾਂਦਾ ਆਪਣੀ ਸੇ
Yeah.
ईमानदार होने दे नाल नाल सारे जाने सीखो बोलो विश्वास दे योग्य होना जरूरी है सारे बोलो विश्वास दे योग्य होना की है सारे बोलो विश्वास दे योग्य होना की है जरूरी विश्वास दे योग्य यानी ए बाइबल विच लिखिया मसीह दी दुल्हन यीशु मसीह दी दुल्हन इसके दे विच लिखिया के ब्लेमलेस होनी चाहिदी है और फिर लिखिया है के तेजस्वी फिर लिखिया ओदे विच कोई जुर्री नहीं होनी चाहिदी किसे तरह दा कोई ओदे दाग नहीं होना चाहिदा ओ तेजस्वी होनी चाहिदी है और जिहड़ी तेजस्वी है ओ खुदावन प्रभु यीशु मसीह नूं पसंद है हालेलुया हालेलुया पिछली बारी सिखिया विश्वास एर का सीखना विश्वास योग्य निकल विश्वास दे योग्य किवें निकलिया जाता है बड़े ध्यान दे नाल सुनो विश्वास दे नाल किवें निकलिया जाता विश्वास दे योग्य विश्वास दे योग्य परमेश्वर दी नजर विच निकलना काफी नहीं विश्वास दे योग अपने दोस्तां दी नजर विच निकलना ही काफी नहीं विश्वास दे योग्य विश्वास दे योग्य बाइबल दसदी है कि अपने दुश्मनां दे सामने भी निकलना जरूरी है हालेलुया हालेलुया यार की करी जाने विश्वास दे योग्य किवें निकलना है विश्वास दे योग्य बाइबल विच लिखिया दानियल दे 6वां बाब जदों तुसीं पढ़ोगे ते ओ अपने राज दे विच राजा दी नजर विच विश्वास दे योग्य है और उपर उदे लेवल दे जिहड़े उस राज दे हाकम सी उहनां दे विचों भी राजा ओनू पहले नंबर ते रखदा सीगा और पूरे राज उत्ते ओनू मुकरर करना चाहुंदा सीगा पर दूसरे जिहड़े सीगे उहदे तों जैलसी करदे सन ध्यान दे नाल सुनना दूसरे ओहदे तों जैलसी करदे सन और जिहड़े ओहदे तों जैलसी करदे सन ਉਹਨਾਂ ਵਾਸਤੇ ਬਾਈਬਲ ਵਿੱਚ ਲਿਖਿਆ ਕਿ ਉਹਨਾਂ ਨੇ ਉਹਦੇ ਉੱਤੇ ਊਜ ਲਗਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਜੋ ਉਹ ਰਾਜੇ ਦਾ ਖਾਤਾ ਦੇਖਦਾ ਸੀ ਉਹ ਵੀ ਉਹਨਾਂ ਨੇ ਪੂਛਾਣ ਕਰ ਲਈ ਜੋ ਜੋ ਵੀ ਉਹ ਕਰਮ ਕਰਦਾ ਸੀ ਉਹਦਾ ਇੱਕ ਇੱਕ ਕਰਮ ਉਹਨਾਂ ਨੇ ਪੂਛਾਣ ਕਰਕੇ ਚੈੱਕ ਕੀਤਾ ਤੇ ਚੈੱਕ ਕਰਕੇ ਉਹਦੇ ਦੁਸ਼ਮਣਾਂ ਨੇ ਵੀ ਇਹ ਗੱਲ ਉਹਨਾਂ ਵਾਸਤੇ ਲਿਖੀ ਕਿ ਦਾਨੀਅਲ ਵਿਸ਼ਵਾਸ ਦੇ ਯੋਗੇ ਨਿਕਲਿਆ ਹਾਲੇਲੂਇਆ ਹਾਲੇਲੂਇਆ ਉਹਨਾਂ ਨੇ ਵੀ ਇਹ ਲਫ਼ਜ਼ ਇਸਤੇਮਾਲ ਕੀਤਾ ਕਿ ਇਹਦੇ ਵਿੱਚ ਅਸੀਂ ਕੋਈ ਬੱਜ ਨਹੀਂ ਲੱਭ ਸਕਦੇ ਇਹਦੇ ਵਿੱਚ ਕੋਈ ਅਸੀਂ ਦੋਸ਼ ਨਹੀਂ ਲੱਭ ਸਕਦੇ ਫਿਰ ਉਹਨਾਂ ਨੇ ਆਪਣੀ ਚਲਾਕੀ ਦੇ ਨਾਲ ਬਾਦਸ਼ਾਹ ਦੇ ਕੋਲੋਂ ਸਹਿਣ ਕਰਵਾਇਆ ਸਾਹੀ ਪਵਾਈ ਮੋਹਰ ਲਗਵਾਈ ਤਾਂ ਕਿ ਇਸ ਰਾਜ ਦੇ ਵਿੱਚ ਇੰਨੇ ਦਿਨ ਤੱਕ ਕੋਈ ਬਾਦਸ਼ਾਹ ਤੋਂ ਇਲਾਵਾ ਕਿਸੇ ਦੇ ਸਾਹਮਣੇ ਕਿਸੇ ਮੂਰਤੀ ਦੇ ਸਾਹਮਣੇ ਕਿਸੇ ਮੰਦਰ ਮਸਜਿਦ ਵਿੱਚ ਚਰਚ ਵਿੱਚ ਕਿਸੇ ਕਿਤੇ ਵੀ ਕੋਈ ਅਰਦਾਸ ਪ੍ਰਾਰਥਨਾ ਨਹੀਂ ਕਰ ਸਕੇਗਾ ਔਰ ਬਾਈਬਲ ਦੱਸਦੀ ਹੈ ਕਿ ਉਹ ਦਾਨੀਅਲ ਨੂੰ ਜਾਣਦੇ ਸਨ ਕਿ ਸਾਰਾ ਦੇਸ਼ ਆਪਣੇ ਖੁਦਾ ਅੱਗੇ ਦੁਆ ਕਰਨੀ ਛੱਡ ਸਕਦਾ ਹੈ ਧਿਆਨ ਨਾਲ ਸੁਣਦੇ ਪਏ ਹੋ ਸਾਰੇ ਮਾੜਾ ਜਿਹਾ ਹੱਥ ਉਠਾ ਕੇ ਦੱਸੋ ਵੀ ਸੁਣਦੇ ਪਏ ਹਾਲੇਲੂਇਆ ਉਹਦੇ ਦੁਸ਼ਮਣ ਉਹਨਾਂ ਨੇ ਜਿਹੜੀ ਸ਼ਾਹੀ ਪਵਾਈ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਦਾਨੀਅਲ ਨੂੰ ਫਸਾਉਣ ਦੇ ਚੱਕਰ ਵਿੱਚ ਉਹ ਚਿੱਠੀ ਵੀ ਸਬੂਤ ਦਿੰਦੀ ਸੀ ਕਿ ਉਹ ਦਾਨੀਅਲ ਉੱਤੇ ਕਿੰਨਾ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਇਹ ਵਿਸ਼ਵਾਸ ਹੀ ਉਹਨਾਂ ਦਾ ਇਮਾਨ ਹੀ ਉਹਨਾਂ ਨੂੰ ਇਹ ਪਤਾ ਹੀ ਕਿ ਪੂਰਾ ਦੇਸ਼ ਦੁਆ ਕਰਨੀ ਬੰਦ ਕਰ ਸਕਦਾ ਹੈ
दानियल मरना पसंद करेगा पर दुआ नहीं बंद करेगा। इसलिए उन्होंने ऐसा डेरा बना के दानियल नू मौत दे मुंह में खड़ा कर दिता। बाइबल च लिखा बादशाह ने भी उन्होंने उसे वाले सजा नहीं दी। पूरा दिन सोचता रहा इनू कैसे बचाया जाए, दानियल नू कैसे छुड़ाया जाए, क्योंकि दानियल ओदी नजर विच विश्वास योग्य सी। हालेलुया हालेलुया हालेलुया। दानियल ओदी नजर विच विश्वास योग्य, वो सोचता ही नहीं, शाम तक सोचता ही नहीं। उन्होंने जेड़े कुछ लीडर सन उन्होंने कहा बादशाह जे तू इनू शेरां दी मांद विच ना सुट्टे तेरा प्रभाव खत्म हो जाएगा, तेरे राज उत्ते असर पवेगा। फिर उन्हें इजाजत दित्ती सी जाओ लैके आओ सुट दो। उन्हें शेरां दी मांद विच सुट दिता। ध्यान दे नाल सुनना, राजा ने ना कुछ खाधा ते ना पीता ते ना पूरी रात सुता। ते फिर सवेरे तड़के जाके ते आवाज मार के पुछदा सी, शेर गाड़ी सुनते हुए बंदे नूं कोई सवेरे आवाज मारदा, पर उह सवेरे आवाज मार के पुछदा ही तेरा खुदा तैनू बचाउण विच वफादार निकलिया। उहने कहा हां बादशाह मैं खुदा दी नजर विच। सारे सुनते पे हो की कह रहा, ध्यान ना सुनो। कहता बादशाह मैं खुदा दी नजर विच किसे दी नजर विच कोई गुनाह नहीं कीता, मैं विश्वास योग निकलिया। हालेलुया हालेलुया। खुदा ने भी अपने दूत भेज के शेरां दे मुंहां नूं बंद कर दिता। अध्याय 12वां अध्याय उसकी 18 आयत तो पढ़ा। यहाँ तक हो सके तुम वर्षक सब मनुष्यों के साथ मेल के विरोध मेल मिलाप रखो। हे प्रियो बदला ना लेना परंतु परमेश्वर के क्रोध को अवसर दो। ए ध्यान दे नाल समझना, ध्यान दे नाल। पौलुस शिक्षा दे रहा, कहिंदा बदला ना लेना। की नहीं लेना? ते हुण तुसीं ध्यान नाल सुणो, मैं तुहानूं क्वेश्चन करना जिन्ने भी बैठे हो। ध्यान दे नाल सुनोगे ते फिर जवाब दे पाओगे, जवाब ना भी दोगे कम से कम समझ लो अज दा जिहड़ा ताजा प्रकाश है ते इहदे नाल तुसीं बरकत पानी है। हालेलुया हालेलुया। ध्यान दे नाल सुनिए पढ़िए। यहां तक हो सके तुम वर्षक सब मनुष्यों के साथ मेल मिलाप रखो। हे प्रियो बदला ना लेना परंतु परमेश्वर के क्रोध को अवसर दो, क्योंकि लिखा है बदला लेना मेरा काम है, प्रभु कहता है मैं ही बदला दूंगा। परंतु यदि तेरा बैरी भूखा हो तो उसे खाना खिला, यदि प्यासा हो तो उसे पानी पिला, क्योंकि ऐसा करने से तुम उसके सिर पर आग के अंगारे का ढेर लगाएगा। बुराई से ना हारो परंतु भलाई से बुराई को जीत लो। ये की कह रहे हैं, कह रहे हैं कि तू बदला ना लेना। बदला लेना कहता काम है, जिन्हों को तुहाडा विरोध करदा, जिन्हों को तुहाडे मुकाबले विच आउंदा ते ओहदे कोलों बदला नहीं लेना। की नहीं करना? बोलो थोड़ा जिहा ते बोलो। की नहीं कह लेना? बदला लेना कहता काम है। बोलो ते ए दुआ दानियल ने शेरां दी मांद विच कीती सी ना, भी आए खुदा जेड़े दुश्मन मेरे उन्हां नूं मैं ते कुछ नहीं कहना, तू आपे ही जान। क्या सीगा? मैं चाहना मेरे को जेड़ा सही तर्जमा आया है ना वो मैं पढ़ूंगा, तुसी नूं ध्यान दे नाल समझण दी कोशिश करना। 19 आयत तों पढ़ूंगा। लिखिया अजीजो, ध्यान ना सुनते पे हो, लिखिया अजीजो इंतकाम मत ले बल्कि अल्लाह के गजब को
बदला लेने का मौका दें। पलूस कह रहे हैं, ध्यान ना सुनी, ध्यान दे नाल सुनी। अजीजो इंतकाम मत लें, बल्कि अल्लाह के गजब को बदला लेने का मौका दें, क्योंकि कलामे मुकद्दस में लिखा है, रब फरमाता है, इंतकाम लेना मेरा काम है, मैं ही बदला लूंगा। हुण तुसी दसो, जेड़े तुहानू सताउंदे ने, जेड़े तुहानू ताने मेणे मारदे ने, जेड़े अज तुहाडा विरोध कर रहे ने, ਉਹਨਾਂ ਕੋਲੋਂ ਤੁਸੀਂ ਬਦਲਾ ਲੈਣਾ ਕਿ ਖੁਦਾ ਨੇ? ਬੋਲੋ। ਇਹੋ ਹੀ ਐਤ ਅੱਜ ਪੜ੍ਹ ਕੇ ਤੁਸੀਂ ਕਈ ਵਾਰੀ ਸਮਝਦੇ ਹੋ, ਇੱਕ ਐਤ ਨੂੰ ਨਾ ਪੂਰਾ ਪੜ੍ਹ ਲਿਆ ਕਰੋ, ਜੇ ਉਹਦੇ ਗਾੜੀ ਕੋਈ ਐਤ ਦਾ ਹਿੱਸਾ ਉਹਦੇ ਅਗਲੀ ਐਤ 'ਚ ਨਹੀਂ ਮਿਲਦਾ ਤੇ ਉਹਨੂੰ ਪਿਛਲੀ ਐਤ 'ਚ ਮਿਲਾ ਕੇ ਫਿਰ ਸਮਝਿਆ ਕਰੋ। ਹੁਣ ਇਹਦਾ ਅਗਲਾ ਹਿੱਸਾ ਪੜ੍ਹਨਾ, ਮੈਂ ਉਹਨੂੰ ਧਿਆਨ ਨਾਲ ਸੁਣਿਓ, ਵੀ ਐਤ ਪੜ੍ਹੂੰਗਾ। ਲਿਖਿਆ ਇਸਕੇ ਬਜਾਏ, ਓਪੋਜਿਟ ਹੋ ਗਿਆ, ਸਾਰਾ ਹੀ ਓਪੋਜਿਟ ਹੋ ਗਿਆ। ਉੱਥੇ ਕਹਿਣ ਦਿਆ ਪਲੂਸ, ਪਹਿਲੋਂ ਕਹਿੰਦਾ ਵਾ ਤੁਸੀਂ ਕਿਸੇ ਦਾ ਮੁਕਾਬਲਾ ਨਾ ਕਰੋ, ਦੂਸਰਾ ਕਹਿ ਰਿਹਾ ਵਾ ਕਿ ਮੁਕਾਬਲਾ ਕਰਨਾ ਖੁਦਾ ਦਾ ਕੰਮ ਆ, ਖੁਦਾ ਦੇ ਕਹਿਣ ਨੂੰ ਕੰਮ ਕਰਨ ਦਾ ਮੌਕਾ ਦਿਓ। ਤੇ ਨਾਲ ਹੀ ਉੱਥੇ ਪਤਾ ਕੀ ਕਹਿ ਰਿਹਾ, ਕਹਿੰਦਾ ਇਹ ਕਲਾਮ ਵਿੱਚ ਲਿਖਿਆ ਹੈ ਤੇ ਬਜਾਏ ਇਹਦੇ ਇੱਦਾਂ ਕਰਨਾ ਤੁਸੀਂ, ਬਜਾਏ ਇਹਦੇ ਕੀ ਕਰਨਾ? ਧਿਆਨ ਨਾਲ ਸੁਣੀਏ, इसकी बजाय अगर तेरा दुश्मन भूखा हो तो उसे खाना खिला, अगर प्यासा हो तो पानी पिला, क्योंकि ऐसा करने से तू उसके सर पर जलते हुए कोयले का ढेर लगाता है। अपने पर बुराई को गालिब ना आने दे, बल्कि भलाई से बुराई को जीत ले। हालेलुया। पुराने नेम जीते नवे नेम दे विच जमीन ते आसमान दा फर्क है। एक बार दो ईमानदार लड़दे सीगे, दो दा मतलब कोई पड़ोसी तंग करदा सी कि हे ईमानदार विश्वासी नूं, ओ बड़े दिन बर्दाश्त करदा रिहा, अक पुक के फिर एक दिन बाहर निकल गया। ਬਾਹਰ ਨਿਕਲ ਕੇ ਉਹਨੂੰ ਕਹਿੰਦਾ ਵੀ ਬੰਦਾ ਬਣ ਜਾ, ਜੇ ਮੈਂ ਪੁਰਾਣੇ ਨੇਮ ਚ ਆ ਗਿਆ ਤੇ ਕੰਮ ਖਰਾਬ ਹੋ। ਨਹੀਂ ਸਮਝੀ ਵੀ ਇੱਟ ਦਾ ਜਵਾਬ ਕਾਹਦੇ ਨਾਲ ਦਊਂਗਾ, ਪੱਥਰ ਨਾਲ। ਤੇ ਕਹਿੰਦਾ ਕੰਮ ਖਰਾਬ ਹੋਊਗਾ ਹੀ ਜੇ ਮੈਂ ਨਵੇਂ ਨੇਮ ਚ ਆ ਗਿਆ। ਇੱਕ ਭਾਜੀ ਤੌਬਾ ਕਰਕੇ ਬਪਤਿਸਮਾ ਲੈ ਕੇ, ਸੱਚੀ ਮੁੱਚੀ ਦੀ ਗੱਲ ਹੈ, ਧਾਰੀਵਾਲ ਪਾਸ਼ ਜੀ ਮੁਨੀਰ ਜੀ ਨੂੰ ਜਾਣਦੇ ਸਾਰੇ, ਤੇ ਉਹ ਸੰਤ ਉਹਨਾਂ ਨੂੰ ਪੁੱਛਦੇ ਵੀ ਤੂੰ ਬਪਤਿਸਮਾ ਵੀ ਲੈ ਲਿਆ, ਆਪਣੇ ਘਰ ਦੀ ਨੂੰ ਕਿਉਂ ਮਾਰਦਾ? ਕਹਿੰਦਾ ਮੈਨੂੰ ਜਿੱਦਣ ਬਪਤਿਸਮਾ ਲਿਆ ਉਦਣ ਹੀ ਪਤਾ ਸੀ ਵੀ ਇਹਨੇ ਸੁਧਰਦਾ ਨੀ ਇੱਕ ਹੱਥ। ਮੈਂ ਕਹਿੰਦਾ ਬਾਹਰ ਹੀ ਰੱਖਿਆ ਸੀ ਬਪਤਿਸਮਾ ਲਿਆ, ਮੈਨੂੰ ਦੱਸੋ। ਇਹ ਬਾਈਬਲ ਚ ਲਿਖਿਆ ਖੁਦਾ ਕੋ ਠੱਠੋ ਮੇ ਨਹੀਂ ਉਡਾਇਆ ਜਾਂਦਾ, ਮਜ਼ਾਕ ਨਾ ਕਰੋ, ਬਾਈਬਲ ਨੂੰ ਗਲਤ ਨਾ ਸੁਣਾਓ, ਬਾਈਬਲ ਨੂੰ ਗਲਤ ਨਾ ਸੁਣੋ। ਮੈਡੀਸਨ ਨਾ ਖਾਓ ਕੋਈ ਗੱਲ ਨਹੀਂ, ਪਰ ਗਲਤ ਖਾਓਗੇ ਤੇ ਬਚਨ ਦੀ ਬਜਾਏ ਮਰੋਗੇ ਜ਼ਰੂਰ। ਇਸ ਵਾਸਤੇ ਇਹਨੂੰ ਸਮਝੋ, ਇਹਦੇ ਵਿੱਚ ਲਿਖਿਆ ਹੈ ਕਿ ਤੁਸੀਂ ਏਦਾਂ ਨਾ ਕਰੋ। ਇਹ ਵਚਨ ਵਿੱਚ ਲਿਖਿਆ ਉਹ ਕਹਿ ਰਿਹਾ ਜਿਵੇਂ ਕਲਾਮੇ ਮੁਕੱਦਸ ਨੇ ਲਿਖਾ ਹੈ, ਬਜਾਏ ਇਸਕੇ ਅਗਰ ਉਸਕੇ ਉੱਪਰ ਜਿਹੜੇ ਤੁਹਾਨੂੰ ਤੰਗ ਕਰਦੇ ਉਹਨਾਂ ਉੱਤੇ ਕਹਿਰ ਭੜ ਗਿਆ, ਉਹਨਾਂ ਦੇ ਘਰ ਚੋਂ ਅਨਾਜ ਚਲਾ ਗਿਆ, ਉਹਨਾਂ ਨੂੰ ਭੁੱਖ ਲੱਗੀ ਹੈ ਤੇ ਤੂੰ ਖੁਸ਼ੀ ਨਾ ਮਨਾ, ਆਪਣੇ ਹਿੱਸੇ ਦਾ ਭੋਜਨ ਉਹਨੂੰ ਖਿਲਾ। ਇਹਨੂੰ ਅਸੀਂ ਮੁਹੱਬਤ ਕਹਿੰਦੇ ਨੇ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਜੇ ਉਹ ਪਿਆਸਾ ਹੈ ਤੇ ਉਹਨੂੰ ਪਾਣੀ ਪਿਲਾ। ਦੁਸ਼ਮਣ ਨੂੰ ਹਰਾਉਣ ਦੀ ਕਿਹੜੀ ਗੱਲ ਆ? ਅੱਜ ਕੱਲ ਇੱਕ ਗੋਲੀ ਮਾਰੋ ਤੇ ਚਲੋ ਹਰਾ ਕੇ ਲਾਂਬੇ ਮਾਰਿਆ, ਹਰਾਉਣਾ ਕੋਈ ਵੱਡੀ ਗੱਲ ਨਹੀਂ। ਹਰਾਉਂਦੇ ਉਹ ਨੇ ਜਿਨ੍ਹਾਂ ਨੂੰ ਜਿੱਤਣ ਦਾ ਤਜਰਬਾ ਨਾ ਹੋਵੇ।
जिन्हां नूं जित्तण दा तजर्बा ना होवे ओह हरोंदे नहीं, जिन्हां नूं जित्तण दा तजर्बा होवे ओह किसे नूं हरोंदे नहीं, ओहनूं जित लैंदे ने। हालेलुया हालेलुया। लगदा मैनूं सारिआं दे समझ च नहीं आई, किसे नूं दुश्मन नूं हराउणा है कि ओहनूं जित्तणा है? बोलिए, हराउणा के जित्तणा। अज हर एक घर विच इहो ही चक्कर चलन दिया, घर वाला घर वाली नूं हराउण दिया, घर वाली घर वाले नूं हराउण दई, सो सस नूं नूं हराए जांदे, सारे एक दूजे नूं हराउण च लगे। हराओ नहीं, जित लाओ। जिन्हों तुसी जित लोगे सारी जिंदगी लई तुहाडा सेवादार हो जाएगा। हालेलुया हालेलुया हालेलुया। इहदे विच लिखिआ है विश्वास योग्य निकलो। तुसी खुदा ते विश्वास कर दे, डजन मैटर, कोई चक्कर नहीं। तुसी खुदा ते विश्वास कर दे, फिर की हो गया? बदरूवां भी ते ओहदे ते विश्वास कर दियां ने, कोई चक्कर नहीं। चक्कर एहदे विच है, मैटर एहदे विच है, गल एहदे विच है कि तुहाडा खुदा तुहाडे उत्ते विश्वास रखे। हालेलुया हालेलुया। तुसी खुदा ते विश्वास रखदे हो ते कीड़ी वड्डी गल है। बाइबल च लिखिया बदरूवां भी रख दियां ने। विश्वास योग्य ते निकलो, विश्वास योग्य निकलो। कोई तुहानू सतांदा है, विश्वास योग्य निकलो। ओहदे लई दुआ करो, ओहदे लई दुख उठाओ, ओहदे वास्ते मसीह मुहब्बत, मसीह नूं प्रचार सुनाउणा कीड़ी वड्डी गल है। ये मेरी बेटी है छोटी जी, इहदे तों भी छोटा बच्चा मैनूं को दे दो, 5 दिन वास्ते 6वें दिन ओह प्रचार करेगा टका के। प्रचार करना कोई एडी वड्डी गल नहीं, यीशु दा प्रचार करना कोई बड़ी गल नहीं, यीशु नूं अपनी जिंदगी दे विचों दी दिखाउणा ओह सारिआं दे वास्ते दी गल नहीं, जिन्हूं यीशु ने लगाया होवे ओहदे विचों यीशु दिखाई देवेगा। हालेलुया हालेलुया। अपने आप नूं ओहदे हैंडओवर करना, अपने आप नूं ओहदे अर्पण करना है। और विश्वास योग्य निकलो। ਉਹ ਔਰਤ ਕਹਿਲਾਉਣ ਦੇ ਲਾਇਕ ਨਹੀਂ ਹੁੰਦੀ ਜਿਹੜੀ ਵਿਸ਼ਵਾਸ ਯੋਗੇ ਨਾ ਨਿਕਲੇ। ਉਹ ਬੇਟੀ ਕਹਿਲਾਉਣ ਦੇ ਲਾਇਕ ਨਹੀਂ ਜਿਹੜੇ ਮਾਂ ਬਾਪ ਦੇ ਵਿਸ਼ਵਾਸ ਯੋਗੇ ਨਹੀਂ। ਉਹ ਬੇਟਾ ਕਹਿਲਾਉਣ ਦੇ ਲਾਇਕ ਨਹੀਂ ਜਿਹੜਾ ਮਾਂ ਬਾਪ ਦੇ ਵਿਸ਼ਵਾਸ ਯੋਗੇ ਨਹੀਂ। ਉਹ ਚੇਲਾ ਕਹਿਲਾਉਣ ਦੇ ਲਾਇਕ ਨਹੀਂ ਜਿਹੜਾ ਗੁਰੂ ਦੇ ਵਿਸ਼ਵਾਸ ਯੋਗੇ ਨਹੀਂ। ਉਹ ਖੁਦਾ ਦਾ ਬੰਦਾ ਕਹਿਲਾਉਣ ਦੇ ਲਾਇਕ ਹੀ ਨਹੀਂ ਜਿਹੜਾ ਖੁਦਾ ਦੇ ਵਿਸ਼ਵਾਸ ਦੇ ਯੋਗ ਨਾ ਹੋਵੇ। ਸੋ ਅੱਜ ਇੱਕ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਪੱਕਾ ਕਰਕੇ ਰੱਖ ਲਓ, ਪੱਕਾ। ਖੁਦਾ ਨੂੰ ਦੇਖੋ, ਪੂਰੀ ਦੁਨੀਆ ਨੂੰ ਖੁਸ਼ ਕਰਨ ਦੇ ਚੱਕਰ 'ਚ ਨਾ ਪਾਓ, ਇਹਨਾਂ ਤੋਂ ਨਾ ਡਰੋ, ਇਹਨਾਂ ਤੋਂ ਅਲੱਗ ਹੋਵੋ। ਵਿਸ਼ਵਾਸ ਯੋਗ੍ਯ ਕੀ ਹੁੰਦਾ ਹੈ? ਵਿਸ਼ਵਾਸ ਯੋਗ੍ਯ ਕੀ ਹੁੰਦਾ ਹੈ? ਵਿਸ਼ਵਾਸ ਯੋਗ੍ਯ ਹੁੰਦਾ ਕੀ? ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਯੇਸੂ ਮਸੀਹ ਨੂੰ ਖੁਦਾ ਨੇ ਰੂਹੇ ਜ਼ਮੀਨ ਉੱਤੇ ਭੇਜਿਆ ਤਾਂ ਕਿ ਗੁਨੇਗਾਰ ਨੂੰ ਬਚਾ ਸਕੇ। ਵਿਸ਼ਵਾਸ ਯੋਗ੍ਯ ਕੀ ਹੁੰਦਾ? ਬਾਈਬਲ ਵਿੱਚ ਲਿਖਿਆ ਯੇਸੂ ਮਸੀਹ ਲਗਭਗ 33 ਸਾਲ, 33 ਸਾਲ ਨਿਰਬੋਧ ਸੇਵਾ ਕਰਕੇ ਗਏ, ਜ਼ਮੀਨ ਉੱਤੇ ਰਹੇ। ਉਹਦੇ ਵਿੱਚ ਇੱਕ ਲਫ਼ਜ਼ ਨਹੀਂ ਉਹਨਾਂ ਨੇ ਆਪਣੀ ਮਰਜ਼ੀ ਦਾ ਬੋਲਿਆ। ਯਸ਼ਾਇਆ 54 ਵਿੱਚ ਲਿਖਿਆ ਖੁਦਾ ਨੇ ਮੈਨੂੰ ਚੇਲਿਆਂ ਵਾਲੀ ਜ਼ੁਬਾਨ ਦਿੱਤੀ। ਹਾਲੇਲੂਇਆ ਹਾਲੇਲੂਇਆ। ਚੇਲਾ ਉਹ ਹੁੰਦਾ ਜਿਹੜਾ ਉਸਤਾਦ ਦੀ ਜ਼ੁਬਾਨ ਨਾਲ ਬੋਲੇ। ਵਿਸ਼ਵਾਸ ਯੋਗਿਆ ਕੀ ਹੁੰਦਾ? ਕਹਿੰਦਾ ਸੀ ਇਹ ਪਿਆਲਾ ਬਹੁਤ ਮੁਸ਼ਕਿਲ ਹੈ, ਇਹ ਪਿਆਲਾ ਬਹੁਤ ਮੁਸ਼ਕਿਲ ਹੈ, ਕੰਮ ਬਹੁਤ ਔਖਾ ਹੈ, ਪਰ ਮੈਂ ਕਰਨ ਵਾਸਤੇ ਤਿਆਰ ਹਾਂ, ਜੇ ਤੇਰੀ ਮਰਜ਼ੀ ਹੈ ਤਾਂ। ਵਿਸ਼ਵਾਸ ਯੋਗਿਆ ਕੀ ਹੁੰਦਾ? ਮੈਨੂੰ ਇੱਕ ਜਾਣਦੇ ਨੇ ਕੁਛ ਲੋਕ, ਮਿਸਟਰ ਸ਼ੇਰਾ, ਪਤਾ ਨਹੀਂ ਅਜਾਇਬ ਕਿ ਨਹੀਂ, ਉਹਨਾਂ ਸ਼ਾਇਦ ਇੱਧਰ ਬੈਠਾ। ਇਹਨਾਂ ਦੇ ਘਰ ਦੇ ਲਾਗੇ ਹੀ ਇੱਕ ਮੜੂਆ ਜਿਹਾ ਬੰਦਾ ਸੀਗਾ, ਮੇਰੇ ਜ਼ੋਰ ਦੇ ਮੁਤਾਬਕ ਅੱਧਾ ਕੀ ਹੋਊਗਾ, ਹਿੰਦੂ ਪਰਿਵਾਰ ਚੋਂ, ਅਸ਼ੋਕ ਕੁਮਾਰ ਜੀ ਨਾਮ ਉਹਨਾਂ ਦਾ, ਅਤੇ ਉਹ ਨੀਅਰ ਅਬਾਊਟ 3 ਮਹੀਨੇ ਤੱਕ ਮੈਨੂੰ ਗਾਲਾਂ ਕੱਢਦਾ ਰਿਹਾ, 3 ਮਹੀਨੇ ਤੱਕ ਬਿਨਾਂ ਕਿਸੇ ਵਜ੍ਹਾ ਦੇ। ਇਹ ਕਹਿੰਦੇ ਜੀ ਇਹਨੂੰ ਫੈਂਟੀ ਲਾਉਣੀ ਹੈ, ਜੇ ਇਹ ਕਰਨਾ ਉਹ ਕਰਨਾ। ਮੈਂ ਕਿਹਾ ਜੇ ਇਹਨੂੰ ਕਿਸੇ ਨੇ ਹੱਥ ਲਾਇਆ ਤਾਂ ਮੈਂ ਖੁਦ ਜਾ ਕੇ ਤੁਹਾਡੇ 'ਤੇ ਪਰਚਾ ਦਊਂਗਾ।
फिर इन्हां कुछ साडे लीडर हैगे ने उन्होंने उहदी ट्रांसफर करवा दी सरकारी जॉब करता सी। मैं कहा जब तक वो कैंसल नहीं होएगी जिंदगी च कभी यह ना सोच लो कि मैं तुहाडे घरे पड़ जाऊँ। फिर उन्होंने वो भी कैंसल करवाई। फिर मैं एक दिन आया तो मेरे मिसेज बैठे ने इधर तो इन्हां दीआं अखां विच हंजू सी। तो मैं क्या की होया कहिंदी ये जिहड़ा लागला भाई है ना गवांडी अज मैनू भी गालां कढ गया गेट गाड़ी खलो के। मैं हस पिया। मैं हस के मैं क्या लै भाई तेरा भी नाम स्वर्ग के पन्ने में लिखा गया तेरा भी नाम संतां विच आ गया। हालेलुया ताडे को थोड़ी हालेलुया बोलिया जाना इहो जी गल ते हालेलुया थोड़ी निकलदा इहो जी गल ते डांगा निकलदी। हुण इह कह दो पास्टर नूं गाल कढ़ी वेखो डांगा मंगदा इहदा मतलब इहदा अर्थ हैगा। ਉਹ ਫਿਰ ਇਸ ਤਰ੍ਹਾਂ ਮੈਂ ਖੜਾ ਸੀਗਾ ਰਸਤੇ 'ਚ ਅਤੇ ਮੇਰੇ ਲਾਗੋ ਦੀ ਗੁਜ਼ਰਦਾ ਸੀ ਅਤੇ ਇੱਧਰ ਵੇਖੇ ਕਦੀ ਇੱਧਰ ਵੇਖੇ ਚਾਰ ਸਵੇਰੇ ਵੇਖੇ ਅਤੇ ਮੈਂ ਸੋਚਿਆ ਵੀ ਅੱਜ ਆਖਰੀ ਟਾਈਮ ਹੈ ਸ਼ਾਇਦ ਮੇਰੇ ਕੋਲ ਚੀਜ਼ ਮਾਰੂਗਾ ਅਤੇ ਮੇਰੇ ਲਾਗੋ ਦੀ ਲੰਘਦਾ ਲੰਘਦਾ ਮੇਰੇ ਪੈਰਾਂ 'ਚ ਗਿਰ ਗਿਆ ਅਤੇ ਪੈਰ ਫੜ ਕੇ ਕਹਿੰਦਾ ਮੈਨੂੰ ਮਾਫ਼ੀ ਮਿਲ ਸਕਦੀ। ਮੈਂ ਵੀ ਚੁੱਕ ਕੇ ਸੀਨੇ ਨਾਲ ਲਗਾਇਆ। ਮੈਂ ਕਿਹਾ ਸ਼ਿਵ ਕੁਮਾਰ ਜੀ ਤੁਸੀਂ ਕੁਛ ਨਹੀਂ ਕੀਤਾ ਇਹ ਤਾਂ ਮੇਰਾ ਇਮਤਿਹਾਨ ਸੀ ਅਤੇ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੈਨੂੰ ਖੁਦਾ ਨੇ ਮੇਰੇ ਵਾਸਤੇ ਇਸਤੇਮਾਲ ਕੀਤਾ ਤਾਂ ਕਿ ਮੈਂ ਪਾਸ ਨਿਕਲ ਸਕਾਂ। ਕਹਿੰਦਾ ਬਚਪਨ ਤੋਂ ਸੁਣਦੇ ਆਏ ਸੀ ਸੰਤ ਲਫ਼ਜ਼ ਪਰ ਅੱਜ ਮੇਰੀਆਂ ਅੱਖਾਂ ਨੇ ਵੇਖ ਲਿਆ ਹੈ। ਹਾਲੇਲੂਇਆ ਹਾਲੇਲੂਇਆ ਬੋਲੋ ਮੇਰੇ ਦੁਸ਼ਮਣ ਉੱਚੀ ਬੋਲੋ ਮੇਰੇ ਦੁਸ਼ਮਣ ਉੱਚੀ ਉੱਚੀ ਬੋਲੋ ਮੇਰੇ ਦੁਸ਼ਮਣ ਮੇਰੀ ਤਰੱਕੀ ਦਾ ਕਾਰਨ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਲਈ ਬਾਅਦ ਚ ਤੇ ਪਹਿਲਾਂ ਉਹਨਾਂ ਲਈ ਦੁਆ ਕਰਿਆ ਆਪਣੇ ਲਈ ਬਾਅਦ ਵਿੱਚ ਤੇ ਪਹਿਲਾਂ ਉਹਨਾਂ ਲਈ ਦੁਆ ਕਰਿਆ ਕਰੋ। ਖੁਦਾ ਤੁਹਾਨੂੰ ਦੁਨੀਆ ਦੇ ਵਿੱਚ ਸਿੰਘ ਬਣਾਵੇਗਾ। ਹਾਲੇਲੂਇਆ ਮੈਂ ਚਾਹੁੰਦਾ ਥੋੜੀ ਦੇਰ ਵਾਸਤੇ ਅੱਜ ਆਪਣੇ ਵਾਸਤੇ ਦੁਆ ਕਰੋ ਆਪਣੇ ਵਾਸਤੇ ਦੁਆ ਕਰੋ। ਆਪਣੇ ਗੁੱਟਣੇ ਟੇਕ ਕੇ ਬੈਠੋ। ਤੁਸੀਂ ਕਿਸੇ ਬੰਦੇ ਦੇ ਹਜ਼ੂਰ ਵਿੱਚ ਨਹੀਂ ਹੋ ਤੁਸੀਂ ਖੁਦਾ ਦੇ ਹਜ਼ੂਰ ਵਿੱਚ ਹੋ ਜਿਹੜੇ ਚਾਹੁੰਦੇ ਹੋ ਕਿ ਆਏ ਖੁਦਾ ਮੈਂ ਵਿਸ਼ਵਾਸ ਯੋਗ ਨਹੀਂ ਮੈਂ ਵਿਸ਼ਵਾਸ ਯੋਗ ਨਹੀਂ ਹੈਗਾ ਮੈਨੂੰ ਅੱਜ ਵਿਸ਼ਵਾਸ ਦੇ ਯੋਗ ਬਣਾ ਦੇ ਅੱਜ ਮੇਰੀ ਜ਼ਿੰਦਗੀ ਨੂੰ ਬਦਲ ਦੇ ਅੱਜ ਮੈਂ ਚਾਹੁੰਦੀ ਹਾਂ ਅੱਜ ਮੈਂ ਚਾਹੁੰਦਾ ਹਾਂ ਤੇਰੀ ਸਾਮਰਥ ਦੇ ਨਾਲ ਭਰ ਜਾਵਾਂ। ਆਪਣੇ ਗੁੱਟਿਆਂ ਨੂੰ ਟੇਕ ਕੇ ਬੈਠੀਏ ਜਲਦੀ ਦੇ ਨਾਲ ਫੁਰਤੀ ਦੇ ਨਾਲ ਗੁੱਟੇ ਟੇਕ ਕੇ ਬੈਠੀਏ ਦੁਆ ਦੀ ਹਾਲਤ ਵਿੱਚ ਹੋਈਏ। ਅਸੀਂ ਇੱਕ ਅੰਤਰਾ ਗਾਵਾਂਗੇ ਪੂਰੇ ਜ਼ੋਰ ਦੇ ਨਾਲ ਤਾਲੀ ਵਜਾ ਕੇ ਸਾਰਿਆਂ ਨੇ ਮਿਲ ਕੇ ਗਾਉਣਾ ਇੱਕੋ ਹੀ ਅੰਤਰਾ ਬੋਲਣਾ ਪੂਰੇ ਜ਼ੋਰ ਦੇ ਆਪਣਾ ਸੁਭਾਅ ਆ ਆਪਣਾ ਸਭਾ ਆਪਣਾ ਵਚਨ ਆਪਣਾ ਸਭਾ ਆਪਣਾ ਵਚਨ ਆਪਣੀ ਯਾਦ ਵਸੇ ਭਰੀ ਆਪਣਾ ਸਭਾ ਆਪਣਾ ਵਚਨ ਆਪਣੀ
ਜ਼ੋਰ ਨਾਲ ਬੋਲੀਏ ਹਾਲੇਲੂਇਆ ਹਾਲੇਲੂਇਆ। ਅਸੀਂ ਮੀਟਿੰਗ ਤੋਂ ਬਾਅਦ ਚ ਜਿਹੜੇ ਇਸ ਚਰਚ ਦੇ ਸੰਗਤ ਦੇ ਮੈਂਬਰ ਨੇ ਉਹ ਬਾਅਦ ਚ ਦੁਆ ਕਰਾ ਸਕਦੇ ਕਿ ਇਹਨੂੰ ਚੇਤੀ ਜਾਣਾ ਹੋਵੇ ਕਰਵਾ ਸਕਦੇ ਆ। ਬਾਕੀ ਦਾ ਪ੍ਰੋਗਰਾਮ ਇਹਨਾਂ ਦੇ ਹੱਥ ਵਿੱਚ ਆ। ਮੈਂ ਚਾਹੁੰਦਾ ਤੁਸੀਂ ਸਾਰੇ ਦੇਖ ਕੇ ਜਾਓ ਖੁਦਾ ਬਰਕਤ। ਪ੍ਰੋਗਰਾਮ ਹੈ ਪੰਜਵਾਂ ਵਿਆਹ ਸਮਾਰੋਹ ਜਿਹੜਾ ਹੈ ਅੱਜ ਹੋ ਰਿਹਾ ਹੈ ਔਰ ਇਹ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਹੋ ਰਿਹਾ ਹੈ ਔਰ ਮੈਂ ਇੱਕ ਸੇਵਕ ਹੋਣ ਦੇ ਨਾਤੇ ਨਾਲ ਟਰੱਸਟ ਦੇ ਨਾਲ ਇੱਕ ਮੈਂਬਰ ਦੀ ਹੈਸੀਅਤ ਨਾਲ ਵੀ ਕੰਮ ਕਰ ਰਿਹਾ ਹੈ ਇਸ ਲਈ ਥੋੜ੍ਹਾ ਜਿਹਾ ਟਾਈਮ ਮੈਨੂੰ ਉਹਨਾਂ ਦੇ ਨਾਲ ਵੀ ਦੇਣਾ ਪੈ ਰਿਹਾ ਹੈ। ਮਸੀਹੀ ਪਰਿਵਾਰ ਚੈਨਲ ਜਿਹੜਾ ਯੂਟਿਊਬ 'ਤੇ ਅੱਜ ਦਾ ਪ੍ਰੋਗਰਾਮ ਲਾਈਵ ਚੱਲ ਰਿਹਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਰਾ ਲਾਈਵ ਕੀਤਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਸਾਡੇ ਬ੍ਰਦਰ ਜੀ ਪਹੁੰਚੇ ਨੇ ਮਸੀਹੀ ਪਰਿਵਾਰ ਚੈਨਲ। ਇੱਕ ਵਾਰੀ ਤਾੜੀਆਂ ਅਸੀਂ ਦੇਵਾਂਗੇ ਆਪਣੀ ਮੀਡੀਆ ਨੂੰ ਜਿਨ੍ਹਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਇਸ ਕੰਮ ਦੇ ਲਈ। ਸੋ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫਿਰ ਤੋਂ ਜਿਹੜਾ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੋ ਰਿਹਾ ਹੈ ਇਹ ਪ੍ਰੋਗਰਾਮ ਜਿਹੜਾ ਹੈ ਮਸੀਹੀ ਏਕਤਾ ਲੋਕ ਭਲਾਈ ਟਰੱਸਟ ਰਾਜਾਸਾਂਸੀ ਅੱਜ ਦਾ ਜਿਹੜਾ ਖਾਸ ਪ੍ਰੋਗਰਾਮ ਹੈ ਉਹ ਮਸੀਹੀ ਏਕਤਾ ਲੋਕ ਭਲਾਈ ਟਰੱਸਟ ਦੇ ਵੱਲੋਂ ਕਰਾਇਆ ਜਾ ਰਿਹਾ ਹੈ। ਇਹ ਪੰਜਵਾਂ ਵਿਆਹ ਸਮਾਰੋਹ ਹੈ। ਚਾਰ ਵਿਆਹ ਪਹਿਲਾਂ ਸਮਾਰੋਹ ਕਰਾਏ ਜਾ ਚੁੱਕੇ ਨੇ ਜਿਹਦੇ ਵਿੱਚ 30-32 ਬੇਟੀਆਂ ਦੀ ਸ਼ਾਦੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਸੋ ਅਸੀਂ ਦਿਲ ਤੋਂ ਸਲੂਟ ਕਰਦੇ ਹਾਂ ਅਤੇ ਦਿਲ ਤੋਂ ਅਸੀਂ ਖੁਸ਼ ਹਾਂ ਆਪਣੇ ਇਸ ਟਰੱਸਟ ਦੇ ਲਈ ਜਿਨ੍ਹਾਂ ਨੇ ਇਸ ਸੋਸ਼ਲ ਕੰਮ ਨੂੰ ਕਰਨ ਦੇ ਲਈ ਇਹ ਕੰਮ ਸਾਡੇ ਨਾਲ ਕੀਤਾ ਹੈ। ਮੈਂ ਸਮਾਂ ਬਹੁਤ ਹੋ ਚੁੱਕਿਆ, ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਸੇਵਕ ਹੋਣ ਦੇ ਨਾਲ ਟਰੱਸਟ ਦਾ ਇੱਕ ਮੈਂਬਰ ਵੀ ਹਾਂ ਇਸ ਲਈ ਮੈਨੂੰ ਉਹਨਾਂ ਦੀ ਵੀ ਮੰਨਣੀ ਪੈਂਦੀ ਹੈ। ਅਸੀਂ ਬਹੁਤ ਲੇਟ ਹਾਂ ਪਹਿਲਾਂ ਹੀ, ਪਰ ਫਿਰ ਵੀ ਮੇਰੇ ਦਿਲ ਦੀ ਖੁਆਇਸ਼ ਆ ਕਿ ਮੈਂ ਉਸ ਟੀਮ ਨੂੰ ਤੁਹਾਡੇ ਰੂਬਰੂ ਕਰਾਂ, ਸਾਡੇ ਭਾਈ ਮੁਖਤਾਰ ਮਸੀਹ ਜੀ ਜਿਹੜੇ ਕਿ ਸਾਡੇ ਇਸ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਦੀ ਤਬੀਅਤ ਠੀਕ ਹੋਣ ਦੇ ਕਾਰਨ ਉਹ ਪ੍ਰੋਗਰਾਮ ਨੂੰ ਅਟੈਂਡ ਨਹੀਂ ਕਰ ਪਾਏ, ਪਰ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਇਹ ਜਿਹੜਾ ਪ੍ਰੋਗਰਾਮ ਚੱਲਦਾ ਹੈ। ਸਾਡੇ ਭਾਜੀ ਪਰਵੇਸ਼ ਜੀ ਜਿਹੜੇ ਵਾਈਸ ਪ੍ਰਧਾਨ ਨੇ ਸਾਲਵੇਸ਼ਨ ਆਰਮੀ ਚਰਚ ਦੇ ਉਹ ਪ੍ਰਧਾਨ ਵੀ ਨੇ, ਭਾਜੀ ਹੀਰਾ ਮਸੀਹ ਜਿਹੜੇ ਮੈਨੇਜਰ ਨੇ ਹੋ ਸਣਾ ਚਰਚ ਦੇ, ਭਾਜੀ ਜੰਗਾ ਮਸੀਹ ਵਾਈਸ ਮੈਨੇਜਰ ਨੇ ਕੈਥਲਿਕ ਦੇ, ਮਿੰਟੂ ਸੋਹਤਾ ਜੀ ਕੈਥਲਿਕ ਦੇ ਨੇ, ਸੇਵਕ ਮਸੀਹ ਸਾਡੇ ਸਲਾਹਕਾਰ ਕੈਥਲਿਕ ਦੇ ਨੇ, ਤਰਸੇਮ ਮਸੀਹ ਬਿੱਟੂ ਜਿਹੜੇ ਕੈਥਲਿਕ ਤੋਂ ਨੇ, ਬਿੱਕਾ ਮਸੀਹ ਜਿਹੜੇ ਕੈਥਲਿਕ ਤੋਂ ਨੇ, ਰਜੀਵ ਚੰਦ ਜੀ, ਲਾਲ ਸਿੰਘ ਜੀ ਤੇ ਸ਼ਾਮ ਮਸੀਹ ਜੀ ਜਿਹੜੇ ਕੈਥਲਿਕ ਤੋਂ ਨੇ। ਇਹ ਮਸੀਹ ਏਕਤਾ ਲੋਕ ਭਲਾਈ ਟਰੱਸਟ ਦੇ ਮੈਂਬਰ ਨੇ ਜਿਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਇਸ ਕੰਮ ਨੂੰ ਕਰਦੇ ਆ ਰਹੇ ਨੇ ਔਰ ਅੱਜ ਪੰਜਵਾਂ ਵਿਆਹ ਸਮਾਰੋਹ ਇਸ ਮਸੀਹੀ ਏਕਤਾ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ। ਜੋੜਾ ਤਾੜੀਆਂ ਆਪਣੇ ਇਹਨਾਂ ਟਰੱਸਟ ਦੇ ਲਈ। ਔਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਜਦੋਂ ਮੈਨੂੰ ਇਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਰਿਕੁਐਸਟ ਵੀ ਸੀ, ਮੈਂ ਕਿਹਾ ਮੈਂ ਚਾਹੁੰਦਾ ਹਾਂ ਕਿ ਜਿਹੜਾ ਵਿਆਹ ਸਮਾਰੋਹ ਹੈ ਇਬਾਦਤ ਦੇ ਰੂਪ ਦੇ ਵਿੱਚ ਹੋਵੇ, ਬੰਦਗੀ ਦੇ ਰੂਪ ਦੇ ਵਿੱਚ ਹੋਵੇ। ਪਹਿਲਾਂ ਕਹਿੰਦਾ ਸੀ ਕਿ ਜਦੋਂ ਅਸੀਂ ਵਿਆਹ ਹੁੰਦਾ ਸੀ ਅਸੀਂ ਚਾਹ ਪਾਣੀ ਪੀ ਕੇ ਤਾਂ ਅਸੀਂ ਆਪਣੇ ਆਪਣੇ ਘਰ ਚੋਂ ਜਾਂਦੇ ਸੀ। ਅੱਜ ਕਿੰਨੀ ਖੁਸ਼ੀ ਦੀ ਗੱਲ ਆ ਕਿ ਅਸੀਂ ਪਰਮੇਸ਼ਵਰ ਦੇ ਸੇਵਕਾਂ ਦੇ ਕੋਲੋਂ ਵਚਨ ਵੀ ਸੁਣਿਆ, ਬੱਚਿਆਂ ਨੇ ਆਰਾਧਨਾ ਵੀ ਕੀਤੀ ਔਰ ਕਿੰਨਾ ਅੱਛਾ ਹੈ ਕਿ ਅਸੀਂ ਸਭ ਦਿਨ ਬੰਦਗੀ ਦੇ ਹਾਲਾਤ ਵਿੱਚ ਬੈਠੇ ਰਹੇ। ਸੋ ਮੈਂ ਇਸ ਗੱਲ ਤੋਂ ਵੀ ਟਰੱਸਟ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਗੱਲ ਨੂੰ ਮੰਨਿਆ। ਔਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਬੀਤੀ ਰਾਤ ਜਦੋਂ ਬ੍ਰਦਰ ਦੀਪਕ ਜੌਨ ਸਿੰਘ ਦੇ ਦੁਆਰਾ ਵਰਸ਼ਿਪ ਕੀਤੀ ਜਾ ਰਹੀ ਸੀ ਔਰ ਅੱਛੀ ਆਰਾਧਨਾ ਸੀ, ਬੀਤੀ ਰਾਤ ਕਰ ਚੁੱਕੇ ਹਾਂ, ਉਹ ਇਸੇ ਲਈ ਅਸੀਂ ਕੀਤੀ ਸੀ ਕਿਉਂਕਿ ਸਾਨੂੰ ਪਤਾ ਜਦੋਂ ਇਹੋ ਜਿਹਾ ਕੋਈ ਪ੍ਰੋਗਰਾਮ ਹੁੰਦਾ ਹੈ ਸਮਾਗਮ ਹੁੰਦਾ ਹੈ ਤੇ ਪ੍ਰੋਗਰਾਮ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਇਬਾਦਤ ਵਿੱਚ ਨਹੀਂ ਬਹਿੰਦੇ, ਇਸ ਲਈ ਅਸੀਂ ਇੱਕ ਦਿਨ ਪਹਿਲਾਂ ਇਬਾਦਤ ਕਰ ਚੁੱਕੇ ਹਾਂ। ਜਿਹੜੀ ਬਰਾਤ ਆਈ ਉਹ ਵੀ ਧਿਆਨ ਦੇ ਨਾਲ ਸੁਣ ਲਓ, ਕਈ ਵਾਰੀ ਬਰਾਤ ਜਿਹੜੇ ਬਰਾਤੀ ਹੁੰਦੇ ਨੇ ਵੀ ਸੋਚਦੇ ਨੇ ਕਿ ਪਤਾ ਨਹੀਂ ਕਿਸ ਤਰੀਕੇ ਦੀ ਜਿਹੜੀ ਆਰਾਧਨਾ ਵਰਸ਼ਿਪ ਹੋ ਰਹੀ ਹੈ। ਅਸੀਂ ਬੀਤੀ ਰਾਤ ਬ੍ਰਦਰ ਦੀਪਕ ਜੌਨਸਨ ਜੀ ਜਿਹੜੇ ਆਰਾਧਿਕ ਨੇ ਔਰ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਸ ਜਗ੍ਹਾ ਤੇ ਅੱਛੀ ਇਬਾਦਤ ਕਰ ਚੁੱਕੇ ਹਾਂ, ਜਿਹਦੇ ਵਿੱਚ 700 ਤੋਂ 800 ਲੋਕਾਂ ਨੇ ਹਿੱਸਾ ਲਿਆ ਸਾਡੀ ਸੰਗਤ ਨੇ ਔਰ ਬੜੀ ਅੱਛੀ ਇਬਾਦਤ ਜਿਹੜੀ ਚੱਲੀ। ਔਰ ਮੈਂ ਤੁਹਾਨੂੰ ਦੱਸਿਆ ਸੀ ਬੀਤੀ ਰਾਤ ਕਿ ਅਸੀਂ ਇਸ ਟਰੱਸਟ ਨੂੰ ਚਲਾਉਣ ਦੇ ਲਈ ਕੁਝ ਲੋਕਾਂ ਦੇ ਕੋਲ ਅਸੀਂ ਗਏ, ਕੁਝ ਲੋਕਾਂ ਨੂੰ ਅਸੀਂ ਇਨਵਾਈਟ ਕੀਤਾ ਔਰ ਬਹੁਤ ਸਾਰੇ ਲੋਕਾਂ ਨੇ ਅੱਜ ਦੇ ਪ੍ਰੋਗਰਾਮ ਹਿੱਸਾ ਭਰਿਆ। ਪਰ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਸੇਵਕਾਂ ਦਾ, ਪਾਸਟਰ ਸੰਸੂਨ ਜੀ ਦਾ ਜਿਹੜੇ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਆਪਣੀ ਟੀਮ ਦੇ ਨਾਲ ਆਏ, ਸਾਡੇ ਪਾਸਟਰ ਜੀ ਨੂੰ ਪ੍ਰਭੂ ਬੜੀ ਬਰਕਤ ਦੇਵੇ, ਪਾਸਟਰ ਮਨੋਜ ਜੀ ਆਏ ਨੇ ਸਾਡੇ ਰਾਜਸਾਂਸੀ ਤੋਂ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਉਸ ਤੋਂ ਬਾਅਦ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਾਡੇ ਵਿੱਚ ਸਾਡੇ ਮਿਸਟਰ ਡੈਨੀਅਲ ਪੱਟੀ ਜੀ ਜੋ ਮਿਨੋਰਟੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਨੇ ਔਰ ਉਹ
ठेकेदार उन्होंने लोग ठेकेदार के तौर पर जानते हैं क्योंकि परमेश्वर ने उन्होंने बड़ा बधाया होया है। वो साढ़े अच्छे गैसट के तौर पर पहुंचे ने। मैं उन्होंने दिल तो धन्यवाद करता हाँ जी आखदा साढ़े डेली भट्टी जी ने जोरदार ताड़ियाँ। और मैं बहुत ही धन्यवाद हाँ साढ़े पीटर मसीह चीदा जी मेरे भरा ने पीटर मसीह चीदा जी गुरदासपुर तो जिन्हां ने MP की इलेक्शन आम आदमी पार्टी तो लड़ी सी असी उन्होंने सिर्फ फोन पर रिक्वेस्ट की वो भी साढ़े पहुंचे ने। मैं बहुत ही धन्यवाद करता हाँ पीटर चीदा जी का और डेली भट्टी जी का तुहाडा इस जगह पर विशेष तौर से साढ़े ट्रस्ट के कोल आए और साढ़े ट्रस्ट का उत्साह वधाया लोगों का उत्साह वधाया। मैं तुहाडा दोनों का बहुत धन्यवाद करता हाँ। मनदीप सौता जी आए ने सिद्धवान तो तुहाडा भी धन्यवाद है। पिछे वीर जी बैठे ने मैंने उन्होंने नाम याद नहीं है पर तुहाडा भी आने धन्यवाद है। पादरी साहब जिहड़े कड़ियाल तो ने तुहाडा भी स्वागत है। बुआ जी का स्वागत है जिन्हों का मैं नाम नहीं जानता उन्होंने भी स्वागत है। हालेलुया हालेलुया। जो असी अपने ब्रदर डैनियल भट्टी जी को इनवाइट करने वास्ते गए थे असी सिर्फ शादी वास्ते इनवाइट करने गए कि भट्टी साहब प्लीज़ तुम समारोह में आना है और उन्होंने साढ़े ट्रस्ट को 21,000 रुपये का चैक दिता से तानिया और उसका सर तुम असं सम्मान करना है। अभी थोड़ा जहाँ कर दूंगा बट हजे नहीं थोड़ा जहाँ कहीं अगर करा और अपने लोगों को असं दसा कि यहोजे लोग भी है जे ट्रस्ट को उत्साहित करते हैं और मदद करते हैं यहोजा काम करने। सो अज एक बड़ा ही सुंदर दिन है तो बड़े मुबारक ने वो माँ वो प्यो बहुत ही मुबारक ने ये बच्चे जिन्हों की शादी अज इस पंडाल हो रही है। मैं दस रहा कि असं जो शादियां करते हैं जो असं विह करते हैं तो असं थोड़ा ही समा नुकसान दें। भाई साहब जी ने कहा थोड़ा जहा घट करो 5 मिनट ही लाओ 10 मिनट ही लाओ जल्दी जल्दी मुका दो असं दूसरे कामों ज़्यादा अहमियत देंगे हाँ। पर कि मुबारक ये बच्चे ने जिन्होंने जो तो बरात आई उन्हें बह के बचन ही सुनते हैं भजन ही सुनते हैं। ये मुबारक शादियां ने जिथे प्रभु के सेवक प्रभु के संत प्रभु के लोग सब भैन भरा इकट्ठे होकर प्रभु की आराधना चुनका होंगे। हालेलुया सब बोलिए हालेलुया। सो मैं उन्हें बच्चों दसांगा एक बेटा साजन की शादी है और बेटी प्रिया की शादी है बेटे जोबन की शादी है बेटी चरणजीत कौर की शादी है बेटे मनजीत मसीह की शादी है और बेटी सुनेहा की शादी है। इन्हां बच्चियां नूं जिहड़े बच्चे साडे कोल बैठे ने असी ये भी ट्रस्ट नाल गल कीती सी कि इक्को जगह पर बिठावांगे और इक्को ही तरीके नाल असी निकाह करांगे। असी बहुत लंबा टाइम नहीं लैणा जिहड़े पास्टर जी मनोज जी आए ने उन्हां दी कलीसिया दे विचों जिहड़ा उन्हां दी शादी आ उह शादी जदों निकाह पढ़िया जांदा आ ते जिहड़ी कागजी पत्री कारवाई आ सर्टिफिकेट लैणा उह पास्टर जी कोल जा के लै सकदे आ। जिहड़े सैल्वेशन आर्मी दे दो जोड़े ने उन्हें वो साढ़े ना मिलकर कागजी पत्र ही बाद में असं कर सकते। प्लीज़ थोड़ा टाइम साढ़े को घट आ क्योंकि साढ़िया जिम्मेवारियां बड़िया ने अं बाद खाना खवाना है साढ़े गैसट आए ने उन्होंने भी थोड़ा सामना है और बहुत सारिया साड़िया जड़िया ने रिक्वायरमेंट्स ने इसलिए असं एक बार बच्चों की शादी पढ़नी है और उस तो बाद जी पेपरी कागजाई है जी पास्टर मनोज जी के मैंबर ने वो उन्होंने नाल संपर्क कर सकते हैं और अगर मेरे ना संपर्क करना वा मैं बिजी हाँ इस बच्चे संपर्क कर सकते हैं अगर जो सैल्वेशन आर्मी के जुड़े। सो हम असी दुआ करेंगे प्रार्थना करेंगे तो अज की जी निकाह की रस्म है उसमें असं शुरू करेंगे और कैप्टन साहब आएंगे और वो दुआ सरना मिलकर करेंगे। आइए असी सारे अपने सिरां झुकांदे हुए प्रार्थना के विच आवांगे और परमेश्वर का धन्यवाद करेंगे अज दी शादियों वास्ते जो बेटे और बेटियां परमेश्वर ने ब्याह के बंधन इन्होंने बंधन चाह रहा पिता परमेश्वर इन्होंने बच्चों बहुत सारे आशीष से बरकत दे सारे मिलकर असं प्रार्थना करेंगे। हालेलुया हालेलुया तारीफ तारीफ परमेश्वर धरती आसमान बनाने वाले परमेश्वर जी तो निहाई भी शुक्र गुजार हाँ जो पिता परमेश्वर जी बार बार समा देंगे जो कि चरणों के आई और धन्यवाद करिए आशीषा वास्ते बरकतों वास्ते पिता परमेश्वर जी आइए हवा परमेश्वर जी मैं खास प्रार्थना करती हाँ इस इंतजाम में जो पिता परमेश्वर जी अपने हाथों में लैके चलाया और पिता परमेश्वर जी जो अज बेटिया और बेटिया की जो शादी है पिता परमेश्वर जी इन्होंने बहुतायत के बरकत देना पिता परमेश्वर जी आने वाले अपने जीवन पिता परमेश्वर जी तो आज्ञाकारी के अनुसार पिता परमेश्वर जी अपने जीवन गुजारन
आई खुदावन जी इन्हां दे जीवन तो तुहाडे नाम नूं महिमा मिले और पिता परमेश्वर जी तुहाडा पाक कलाम इन्हां दे जीवन दे कारण पिता परमेश्वर जी हमेशा ही उस दे अनुसार चलन और प्यारे खुदावन पिता परमेश्वर जी हमेशा खुदावन इस धरती ते रहंदे होए खुदावन पिता परमेश्वर जी अपने जीवन नूं बुरियाई तो रहित करन वाले हो सकन। प्यारे खुदावन पिता परमेश्वर जी जदों पिता परमेश्वर जी आए खुदावन इन्हां शादियां दे द्वारा खुदावन जी बहुत परिवारां दा मेल हुंदा ओ पिता परमेश्वर उन्हां परिवारां नूं बहुत सारी आशीष ते बरकत दे और जिन्हें भी पिता परमेश्वर जी इस जगह दे मौजूद ने छोटे बच्चे तो लैके वड्डे तक एक एक नूं खुदा पिता परमेश्वर जी बहुत सारी आशीष ते बरकत दे। आई हवा परमेश्वर जी मैं सबना नूं तुहाडे हथां विच सौंप के तुहाडे पवित्र नाम ते नाल मंग लैंदे हां आमीन। बहुत धन्यवाद। मैं रिक्वेस्ट कर रहा सी अपने पास्टर जी ने क्योंकि वो मेरे तो वड्डे ने सीनियर ने उन्होंने कह रहा सी कि निकादी रस्म तुसी करवाओ पर तो उन्होंने भी इस चीज़ को फील किया कि शायद टाइम समा हो रहा है उन्होंने कहा कि पास्टर तुसी करवाओ। सो इसलिए असी ज़्यादा लंबा टाइम नहीं जेडे जेडे बेटी के पिता जी ने वो कृपा करके चेयर दे लगे बेटी के जेडे पिता जी ने उन्होंने मैं रिक्वेस्ट करा कि वो अपनी अपनी बेटी के लागे आ रहा Thank you.
जी आने ना बच्चों के लिए ब्लैसिंग आशीष को जी मंगन के दुआ करने के इन्होंने जोड़िया के लिए कि प्रभु इन्हों जी बहुता जिंदगी बड़ी कठिन जिंदगी होंगी कई बार और प्रभु इन्हों बहुता जिंदगी जी शुरुआत करनी है वो प्रभु इन्होंने ब्लैस करे साडे पास्टर जी उन्होंने लिए खास प्रार्थना कर आइए सारे प्रार्थना करेंगे इन्होंने जोड़िया दुआस जो परमेश्वर ने अज इन्हों जोड़िया है और ये बड़ी वड्डी एक बरकत है परमेश्वर ने भी आदम हवा ने जोड़ के और उन्होंने बरकत दी आओ असीं दुआ करेंगे तिन्ने जोड़ा वास बाप आसमानी असीं तुहाडे नाम नूं महिमा आदर इज्जत और जलाल दिंदे हां प्रभु जी तुहाडियां सारियां भलाइयां वास्ते तुहाडे शुक्रगुजार हां खुदावन असीं दुआ करते हैं पिता परमेश्वर इन्हां तिन्ना जोड़े वास्ते खुदावन यीशु मसीह जिन्हां नूं तुसीं जोड़ दिता है ऐ बाप तुहाडा वचन दसदा है कि जिसनों परमेश्वर ने जोड़ दिता उन्होंने इंसान हट ना करे रबीब ने बाप तेरा फजल तेरा रहम तेरा अनुग्रह ते तेरी कृपा इन्हें जोड़े दे ते हो जाए तो इन्हों बरकत ते आशीष दे जिस तरह तुसी आदम ते हवा दे जोड़े ने जोड़ के उन्होंने बरकत ते आशीष दी उन्होंने कहा कि वधो फलो ते धरती नूं भर दो बाप तेरिया रूहानी ते जिस्मानी बरकत इन्हों जोड़े के उत्ते हो जा प्रभु जी दुआ करते हैं तेरे इन्हों दास वास्ते और प्रभु जिन्होंने आयोजन किया है और दुआ करते हैं पिता परमेश्वर उन्होंने भी अपना फसल कर और इतों की तमाम कमेटी के उत्ते भी अपना फसल कर जिन्हों के आयोजन के द्वारा इन्हों के उत्ते प्रभु जी ताड़ा बड़ा अनुग्रह होया है ऐ यीशु तुहाडियां सारियां भलाइयां वास्ते तुहाडे शुक्रगुजार हाँ ਜ਼ਲਾਲ ਤੇ ਮਹਿਮਾ ਆਦਰ ਵਡਾਈ ਤੁਹਾਡੇ ਵੱਡੇ ਨਾਮ ਯਿਸੂ ਤੁਹਾਡੇ ਪਾਕ ਤੇ ਜ਼ਿੰਦਾ ਨਾਮ ਦੇ ਵਿੱਚ ਆਮੀਨ ਬਾਦ ਖਾਣਾ ਰੈਡੀ ਆ ਸਾਰੇ ਭੈਣ ਭਰਾ ਜਿਹੜੇ ਨੇ ਉਹ ਖਾਣਾ ਖਾ ਕੇ ਆਪਣੇ ਆਪਣੇ ਘਰ ਜਾ ਸਕਦੇ ਨੇ ਔਰ ਮੈਂ ਬੇਨਤੀ ਕਰਦਾ ਮੈਂ ਕਿ ਜਿਹੜੇ ਬੇਟੇ ਵਾਲੇ ਨੇ ਹੁਣ ਧਿਆਨ ਦੇ ਨਾਲ ਸੁਣੋ ਸਾਡੀ ਜੀ ਮੇਨ ਗੈਸਟ ਨੇ ਜਨਰਲ ਭਾਜੀ ਜੀ ਔਰ ਟੀਚਰ ਚੀਦਾ ਜੀ ਜਿਹੜੇ ਬਟਾਲਾ ਤੋਂ ਪਹੁੰਚੇ ਨੇ ਅੰਮ੍ਰਿਤਸਰ ਤੋਂ ਪਹੁੰਚੇ ਨੇ ਸਾਡੇ ਟਰੱਸਟ ਨੂੰ ਇਸ ਪ੍ਰੋਗਰਾਮ ਨੂੰ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ एक बार फिर तो मैं जनरल साहब ठेकेदार जी का और टीचर दिल तो धन्यवाद है टीम का धन्यवादी हाँ जिन्होंने साडे सद्दे नूं प्रवान किया अज के इस समारोह में पहुंचे प्रभु तुहानूं बड़ी बरकत दे सो मैं बेनती करा भाजी प्रवेश जी की टीम उन्होंने जरा सम्मान तो है वह किया जा सकता ताड़िया दो सब जन जी ताड़िया पट्टी साहब के लिए ਜਨਰਲ ਪ੍ਰੋਟੀਕ ਜਿਹੜੇ ਤੇ ਅੰਮ੍ਰਿਤਸਰ ਤੋਂ ਨੇ ਉਹਨਾਂ ਨੂੰ ਸਾਡੀ ਟੀਮ ਨੇ ਸਨਮਾਨ ਕੀਤਾ ਹੈ ਅਸੀਂ ਧੰਨਵਾਦੀ ਹਾਂ ਪ੍ਰਭੂ ਬਹੁਤ ਸਾਰੀ ਬਰਕਤ ਦੇਵੇ ਪ੍ਰਭੂ ਬਹੁਤ ਸਾਰੀ ਆਸ਼ੀਸ਼ ਦੇ ਸੋ ਟੀਚਰ ਸੀਤਾ ਜੀ ਇਹਨਾਂ ਨੂੰ ਵੀ ਅਸੀਂ ਸਾਰੇ ਚੌਧਰੀ ਸਾਹਿਬ ਤਾੜੀਆਂ ਦਿਓ ਜੀ ਕਿਰਪਾਨ ਕਰਕੇ ਟੀਚਰ ਸੀਤਾ ਜੀ ਮਨਦੀਪ ਸਹੌਤਾ ਜੀ ਨੂੰ ਅਸੀਂ ਸਨਮਾਨਿਤ ਕਰਾਂਗੇ ਔਰ ਮਨਦੀਪ ਸਹੌਤਾ ਜੀ ਅੱਗੇ ਆਉਣਗੇ ਮਨਦੀਪ ਸਹੌਤਾ ਜੀ ਜਿਹੜੇ ਗੁਰਦਾਸਪੁਰ ਤੋਂ ਸਰਪੰਚ ਸਾਹਿਬ ਕੁਲਦੀਪ ਜੀ ਕਿਰਪਾ ਕਰਕੇ ਉਹ ਵੀ ਆਉਣਗੇ ਉਹਨਾਂ ਨੂੰ ਸਨਮਾਨ ਕਰਾਂਗੇ ਜਿਹੜਾ ਅੱਜ ਵਿਆਹ ਸਮਾਰੋਹ ਹੈ ਸਰਪੰਚ ਸਾਹਿਬ ਜੀ ਆਉਣ ਕਿਰਪਾ ਕਰਕੇ ਪਾਜੀ ਸਾਹਿਬ ਜੀ ਪਾਜੀ ਸਹਿਮਲ ਜੀ ਪਾਜੀ ਸਹਿਮਲ ਨੂੰ ਅਸੀਂ ਸਨਮਾਨ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅੰਕਲ ਮੁਨਸ਼ੀ ਲਾਲ ਜੀ ਜਿਹੜੇ ਸਾਡੇ ਬੜੇ ਸਪੋਰਟਰ ਹਾਂਜੀ
ਅੰਜ ਜਰੂਰ ਸੀ ਰਹਾ ਸੀ ਕਿਰਪਾ ਕਰਕੇ ਉਹ ਬਈ ਆਓ ਪਲੀਜ਼ ਆਓ ਤੇ ਸਾਡੇ ਬੜੇ ਸਪੋਰਟਰ ਨੇ ਜੀ ਸਾਡੇ ਸਾਰੇ ਸਾਡੇ ਸਾਰੇ ਕੰਮ ਕਰਨ ਵਿੱਚ ਸਾਡਾ ਸਹਿਯੋਗ ਦਿੰਦੇ ਨੇ ਤੇ ਸਾਡੇ ਭਾਈ ਇਹਨਾਂ ਨੂੰ ਸਨਮਾਨ ਕਰਨਗੇ ਤਾੜੀਆਂ ਦਿਓ ਜੀ ਸਾਡੇ ਟਰਸਟ ਦੇ ਬੜੇ ਅੱਛੇ ਜਿਹੜੇ ਨੇ ਉਹ ਸਾਡੇ ਨਾਲ ਯੋਗਦਾਨ ਦਿੰਦੇ ਨੇ ਉਹ ਮਸੀਹ ਪਰਿਵਾਰ ਚੰਨਲ ਕਿਰਪਾ ਕਰਕੇ ਉਹ ਉੱਪਰ ਆਉਣ ਅਸੀਂ ਧੰਨਵਾਦ ਕਰਦੇ ਹਾਂ ਮਸੀਹ ਪਰਿਵਾਰ ਚੈਨਲ ਜਿਹੜੇ ਜਲੰਧਰ ਤੋਂ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ ਕਿਉਂਕਿ ਉਹ ਸਾਡੇ ਵਿੱਚ ਪਹੁੰਚੇ ਨੇ ਮਸੀਹ ਪਰਿਵਾਰ ਯੂਟਿਊਬ ਚੈਨਲ ਜਿਹੜਾ ਅੱਜ ਦਾ ਪ੍ਰੋਗਰਾਮ ਲਾਈਵ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਬ੍ਰਦਰ ਜੀ ਆਉਣਗੇ ਜਿਨ੍ਹਾਂ ਨੇ ਅੱਜ ਪੂਰਾ ਸੁਬਾਹ ਤੋਂ ਸਾਡੇ ਵਿੱਚ ਨੇ ਭਾਜੀ ਵਿਕਰਮ ਜੀ ਤੁਸੀਂ ਵੀ ਆਓ ਪਲੀਜ਼ ਤੁਸੀਂ ਵੀ ਸਾਡੇ ਅੱਜ ਮਹਿਮਾਨ ਜੀ ਮਸੀਹ ਪਰਿਵਾਰ ਯੂਟਿਊਬ ਚੈਨਲ ਦੇ ਜਿਹੜੇ ਟੀਮ ਸਾਡੇ ਕੋਲ ਪਹੁੰਚੀ ਆ ਸੁਬਾਹ ਤੋਂ ਸਾਡੇ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਨੇ ਅਸੀਂ ਤਾੜੀਆਂ ਦੇਵਾਂਗੇ ਜੀ ਮਸੀਹ ਪਰਿਵਾਰ ਵਾਸਤੇ ਔਰ ਉਹਨਾਂ ਨੂੰ ਸਨਮਾਨ ਕਰਾਂਗੇ ਧੰਨਵਾਦ ਜੀ ਤੁਹਾਡਾ ਵੀ ਵਿਕਰਮਜੀਤ ਸਿੰਘ ਜੀ ਤੁਸੀਂ ਅੱਜ ਪਹੁੰਚੇ ਜੋ ਸਾਡੇ ਵਿੱਚ ਅਸੀਂ ਤੁਹਾਨੂੰ ਵੀ ਤਾੜੀਆਂ ਦਿਓ ਜੀ ਭਾਜੀ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਔਰ ਖਾਸ ਜੋ ਸਾਡੇ ਮਹਿਮਾਨ ਨੇ ਪਾਦਰੀ ਸਾਹਿਬ ਜਿਨ੍ਹਾਂ ਬਹੁਤ ਹੀ ਮਿਹਨਤ ਕੀਤੀ ਆ ਬਹੁਤ ਸਾਲ ਤੱਕ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਖਾਣਾ ਸਾਰਿਆਂ ਵਾਸਤੇ ਰੈਡੀ ਆ ਤੇ ਜਿਹੜੀ ਸਾਡੀ ਟੀਮ ਹੈ ਉਹ ਜਾ ਕੇ ਖਾਣਾ ਖਵਾਏਗੀ ਜਿਹੜੇ ਗੈਸਟ ਨੇ ਉੱਧਰ ਹੀ ਬੈਠੇ ਨੇ ਸਾਡੇ ਜਿਹੜੇ ਗੈਸਟ ਨੇ ਉਹ ਉੱਧਰ ਜਾ ਕੇ ਬੈਠਣਗੇ ਔਰ ਬਾਕੀ ਜਿਹੜੇ ਨੇ ਖਾਣਾ ਖਾਣ ਜਿਨ੍ਹਾਂ ਨੇ ਕੋਈ ਥੋੜ੍ਹਾ ਸਗਨ ਵਿਹਾਰ ਕਰਨਾ ਉਹ ਰੁਕ ਸਕਦੇ ਨੇ ਬਾਕੀ ਸਾਰੇ ਜਾਣ